ਸਤਿਕਾਰ ਦਰਸ਼ਕੋ ਮੈਂ ਅਮ੍ਰਿਤਾ ਮਦਾਨ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ ਇਸ ਖਾਸ ਸ਼ੋਅ ਵਿੱਚ ਦਰਸ਼ਕੋ ਅੱਜ ਇਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹਨਾਂ ਨੇ ਬਹੁਤ ਸਾਰੇ ਖਾਣੇ ਬਣਾ ਕੇ ਬਹੁਤ ਸਾਰੇ ਖਾਣੇ ਦੀਆਂ ਡਿਸ਼ਿਜ਼ ਬਣਾ ਕੇ ਸਾਨੂੰ ਆਪਣਾ ਫੈਨ ਆਲਰੇਡੀ ਬਣਾ ਚੁੱਕੇ ਨੇ ਉਹ ਬਹੁਤ ਸਾਰੇ ਹੋਟਲ ਔਰ ਰੈਸਟੋਰੈਂਟਸ ਵਿੱਚ ਵੀ ਕੰਮ ਕਰ ਚੁੱਕੇ ਨੇ ਜੀ ਹਾਂ ਦਰਸ਼ਕੋ ਮੈਂ ਗੱਲ ਕਰ ਰਹੀ ਹਾਂ ਸ਼ੈਫ ਆਸ਼ੀਸ਼ ਦੀ ਸ਼ੈਫ ਆਸ਼ੀਸ਼ ਸਤਿ ਸ਼੍ਰੀ ਅਕਾਲ ਸਵਾਗਤ ਹੈ ਸ਼ੋਅ ਵਿੱਚ ਜਰਨੀ ਦੀ ਸਟਾਰਟ ਜੇ ਪੁੱਛੀਏ ਤੁਹਾਨੂੰ ਕਦੋਂ ਕੀਤੀ ਔਰ ਕਿਉਂ ਸੋਚਿਆ ਇੱਕ ਸ਼ੈਫ ਬਣਨ ਬਾਰੇ ਮੈਂ ਜਰਨੀ ਦੀ ਸਟਾਰਟ ਕੀਤੀ 2015 ਦੇ ਵਿੱਚ ਅਤੇ ਸਟਾਰਟ ਮਦਰ ਨੂੰ ਦੇਖ ਦੇਖ ਕੇ ਮੈਨੂੰ ਖਾਣਾ ਬਣਾਉਣ ਦਾ ਸ਼ੌਂਕ ਉਸ ਵੇਲੇ ਹੀ ਜਾਗਿਆ ਲੇਕਿਨ ਜਦੋਂ ਘਰ ਮਦਰ ਬਿਮਾਰ ਪੈਂਦਾ ਸੀ ਪਾਪਾ ਨੂੰ ਦੇਖ ਕੇ ਵੀ ਮੈਨੂੰ ਕਾਫੀ ਕਰੇਜ਼ ਜਿਹਾ ਹੋਇਆ ਕਿ ਅਗਰ ਪਾਪਾ ਬਣਾ ਸਕਦਾ ਤਾਂ ਮੈਂ ਕਿਉਂ ਨਹੀਂ ਬਣਾ ਸਕਦਾ ਅਤੇ ਉਸ ਤੋਂ ਬਾਅਦ ਹੋਬੀ ਕਦੋਂ ਬਣ ਗਈ ਮੈਨੂੰ ਆਪਣੀ ਪਤਾ ਲੱਗਾ ਇਸ ਬਾਰੇ 'ਚ ਅਤੇ ਕਰਦੇ ਕਰਦੇ ਫਿਰ ਇੱਕ ਦਿਨ ਮੈਂ ਸ਼ੈਫ ਦੇ ਕੋਰਸ ਬਾਰੇ ਗੱਲ ਕੀਤਾ ਬਟ ਮੇਰੇ ਮਦਰ ਕਦੀ ਅਲਾਓ ਨਹੀਂ ਕਰਦੇ ਸੀਗੇ ਕਿ ਤੂੰ ਹੁਣ ਹਲਵਾਈ ਬਣੇਗਾ ਮੈਂਟੈਲਿਟੀ ਆਉਂਦਾ ਦੀ ਸੀ ਉਸ ਵੇਲੇ ਬਟ ਹੌਲੀ ਹੌਲੀ ਜਦੋਂ ਮੈਂ ਘਰ 'ਚ ਕੁਕਿੰਗ ਕਰਨੀ ਸਟਾਰਟ ਕੀਤੀ ਫਿਰ ਮੰਮੀ ਮੇਰੇ ਕੁਦਰਤੀ ਮੰਨ ਗਏ ਅਤੇ 2015 'ਚ ਫਿਰ ਮੈਂ ਇੱਥੇ ਇੰਸਟੀਟਿਊਟ ਹੈ ਉੱਥੇ ਮੈਂ ਜੁਆਇਨ ਕੀਤਾ ਰਾਣਾ ਕੁਕਿੰਗ ਸਕੂਲ ਉਸ ਤੋਂ ਬਾਅਦ 6 ਮਹੀਨੇ ਉਹਨਾਂ ਕੋਲ ਕੋਰਸ ਕਰਕੇ 6 ਮਹੀਨੇ ਬਾਅਦ ਉਹਨਾਂ ਨੇ ਇੰਡਸਟਰੀ ਮੈਨੂੰ ਭੇਜਿਆ ਫਿਰ ਉਸ ਤੋਂ ਬਾਅਦ ਮੇਰਾ ਬੇਸ ਬਣਿਆ ਜੀ ਜਿਵੇਂ ਤੁਸੀਂ ਦੱਸਿਆ ਕਿ ਪੇਰੈਂਟਸ ਵੀ ਤੁਹਾਡੇ ਨਾਲ ਨਹੀਂ ਸੀਗੇ ਜਦੋਂ ਇਹ ਡਿਸਾਈਡ ਕੀਤਾ ਐਜ਼ ਅ ਮੇਲ ਸ਼ੈਫ ਬਣਨਾ ਕਿੰਨਾ ਕੁ ਸੌਖਾ ਹੈ ਔਖਾ ਸੀਗਾ ਸੁਸਾਇਟੀ ਦੇ ਹਿਸਾਬ ਨਾਲ ਸੁਸਾਇਟੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਪਹਿਲਾਂ ਤਾਂ ਰਿਸ਼ਤੇਦਾਰ ਰੈਡੀ ਨਹੀਂ ਹੁੰਦੇ ਕਿਉਂਕਿ ਬਿਜ਼ਨਸ ਵੀ ਸੀਗਾ ਉਹ ਕਹਿੰਦੇ ਬਿਜ਼ਨਸ ਛੱਡ ਕੇ ਤੁਸੀਂ ਕੀ ਹਲਵਾਈ ਬਣਨਾ ਹੈਗਾ ਲੇਕਿਨ ਜਦੋਂ ਇੰਡਸਟਰੀ ਗਿਆ ਤਾਂ ਪਤਾ ਲੱਗਿਆ ਕਿ ਜਾਂਦੇ ਹੀ ਸਾਨੂੰ ਲੈਡਲ ਔਰ ਕੜਛੀ ਜਾਂ ਪੈਨ ਸਾਨੂੰ ਨਹੀਂ ਹੱਥ 'ਚ ਆਉਂਦਾ ਸਾਨੂੰ ਆਪਣਾ ਬੇਸ ਬਣਾਉਣਾ ਪੈਣਾ ਹੈਗਾ ਹੁਣ ਬੇਸ ਬਣਾਉਣ ਲਈ ਕਟਿੰਗਸ ਵਗੈਰਾ ਕਰਨੀਆਂ ਪੈਂਦੀਆਂ ਜੇ ਕਾਫੀ ਡਿਫੀਕਲਟ ਲੱਗਦਾ ਹੈਗਾ ਲੇਕਿਨ ਅਸੀਂ ਸੋਚੀਏ ਕਿ ਉਸ ਵੇਲੇ ਕਿ ਦੂਰੋਂ ਦੇਖੀਏ ਤਾਂ ਟੀ ਵੀ ਦੇ ਵਿੱਚ ਜਦੋਂ ਦਿਖਾਉਂਦੇ ਜਾਂਦੇ ਬਹੁਤ ਈਜ਼ੀ ਹੈ ਲੇਕਿਨ ਐਕਚੁਅਲ ਲਾਈਫ ਦੇ ਵਿੱਚ ਵੈਰੀ ਡਿਫੀਕਲਟ ਜੀ ਅਤੇ ਜਿੱਦਾਂ ਤੁਸੀਂ ਦੱਸਿਆ ਕਿ ਨੈਚੁਰਲ ਲਾਈਫ ਵਿੱਚ ਜਾਂ ਰੀਅਲ ਲਾਈਫ ਵਿੱਚ ਥੋੜ੍ਹਾ ਡਿਫੀਕਲਟ ਹੁੰਦਾ ਜਦੋਂ ਜਾ ਕੇ ਤੁਹਾਨੂੰ ਸਿੱਖਣਾ ਪੈਂਦਾ ਕਟਿੰਗਸ ਕਰਨੀ ਹੈ ਜਾਂ ਡਿਸ਼ ਨੂੰ ਪ੍ਰੈਜੈਂਟ ਕਿੱਦਾਂ ਕਰਨਾ ਸਭ ਕੁਝ ਸਿੱਖਣਾ ਪੈਂਦਾ ਕਦੇ ਦਿਲ ਕੀਤਾ ਕਿ ਨਹੀਂ ਯਾਰ ਇਹ ਬਹੁਤ ਔਖਾ ਕੰਮ ਹੈ ਮੈਂ ਛੱਡ ਹੀ ਦੇਵਾਂ ਅਤੇ ਕੋਈ ਗੱਲ ਨਹੀਂ ਸਟਾਰਟਿੰਗ 5 ਡੇਜ਼ ਕਾਫੀ ਡਿਫੀਕਲਟ ਸੀਗੇ ਅਤੇ ਉਦੋਂ ਮਨ 'ਚ ਆਇਆ ਵੀ ਮੈਂ ਕਰ ਕੀ ਰਿਹਾ ਜੋ ਮੈਂ ਕਰਨ ਆਇਆ ਉਹ ਤਾਂ ਮੇਰੇ ਕੋਲ ਹੋ ਨਹੀਂ ਰਿਹਾ ਅਤੇ ਪੂਰਾ ਦਿਨ ਕਦੇ ਕਦੇ ਪਿਆਸ ਕਟਿੰਗਸ ਕਰਨੀਆਂ ਅੱਖ 'ਚੋਂ ਪਾਣੀ ਵੀ ਆਉਣਾ ਪਰ ਮੈਂ ਸੋਚ ਰਿਹਾ ਸੀ ਕਿ ਚੱਲ ਹੁਣ ਦੇ ਹੀ ਦਿੱਤਾ ਓਕਲੀ ਸਿਰ ਤਾਂ ਹੁਣ ਮਸੂਲਿਆਂ ਕੋਲ ਨਹੀਂ ਡਰਨਾ ਹੈਗਾ ਹੁਣ ਐਜ਼ ਅ ਬੀਇੰਗ ਸ਼ੈਫ ਫਿਰ ਮੈਂ ਸਟਾਰਟ ਹੀ ਕਰ ਲਿਆ ਫਿਰ ਮੈਂ ਕਦੇ ਘਬਰਾਇਆ ਨਹੀਂ ਅਤੇ ਮੇਰੇ ਨਾਲ ਵੀ ਜਿਹੜੇ ਯਾਰ ਦੋਸਤ ਸੀ ਉਹ ਵੀ ਕਾਫੀ ਸਰਵਾਈਵ ਕੀਤੇ ਮੇਰੇ ਨਾਲ ਹੁਣ ਸਾਰੇ ਸਕਸੈਸਫੁਲ ਹੈ ਐਜ਼ ਅ ਬੀਇੰਗ ਅ ਸ਼ੈਫ ਕਈ ਅਬਰੋਡ ਦੇ ਵਿੱਚ ਹੈਗੇ ਸੈਟਲਡ ਅੱਛੇ ਨਾਲ ਅਤੇ ਮੈਂ ਇੱਥੇ ਇੰਡੀਆ ਦੇ ਵਿੱਚ ਹੀ ਕਰ ਰਿਹਾ ਹਾਂ ਜੀ ਜੇ ਗੱਲ ਕਰੀਏ ਤੁਹਾਡੀ ਡਿਸ਼ਿਜ਼ ਦੀ ਜਦੋਂ ਤੁਸੀਂ ਡਿਸ਼ ਬਣਾ ਕੇ ਦਿੰਦੇ ਹੋ ਕਸਟਮਰਸ ਨੂੰ ਆਪ ਸੈਟੀਸਫਾਈਡ ਹੁੰਦੇ ਹੋ ਜਾਂ ਕਸਟਮਰ ਦੀ ਸੈਟੀਸਫੈਕਸ਼ਨ ਤੁਹਾਡੇ ਲਈ ਜ਼ਿਆਦਾ ਮੈਟਰ ਕਰਦੀ ਹੈ ਮੇਰੀ ਸੈਟੀਸਫੈਕਸ਼ਨ ਸਭ ਤੋਂ ਜ਼ਿਆਦਾ ਹੈ ਜੀ ਅਗਰ ਕਦੇ ਡਰ ਲੱਗਿਆ ਰਹਿੰਦਾ ਕਦੇ ਕੱਚਾ ਖਾਣਾ ਨਾ ਚਲਾ ਜਾਵੇ ਕਸਟਮਰ ਨੂੰ ਵਿਦਆਊਟ ਟੇਸਟਲੈਸ ਨਾ ਚਲਾ ਜਾਵੇ ਉਹ ਜ਼ਿਆਦਾ ਇੰਪੋਰਟੈਂਟ ਹੈ ਅਗਰ ਟੇਸਟ ਸਾਨੂੰ ਅੱਛਾ ਲੱਗਿਆ ਤਾਂ ਹੀ ਕਸਟਮਰ ਕੋਲ ਪਹੁੰਚੂਗਾ ਤਾਂ ਹੀ ਕਸਟਮਰ ਖੁਸ਼ ਰਹਿੰਦਾ ਹੈਗਾ ਉਹਦੀ ਸਮਾਈਲ ਦੇਖ ਕੇ ਸਾਨੂੰ ਹੋਰ ਮੋਟੀਵੇਸ਼ਨਸ ਮਿਲਦੀ ਕਿ ਅਸੀਂ ਹੋਰ ਇੰਪਰੂਵ ਕਰੀਏ ਆਪਣੇ ਆਪ ਨੂੰ ਬਿਲਕੁਲ ਕਦੇ ਇੱਦਾਂ ਹੋਇਆ ਕਿ ਡਿਸ਼ ਬਣਾਈ ਹੈ ਤਿਆਰ ਪਈ ਹੈ ਸੀਨੀਅਰਸ ਨੇ ਟੇਸਟ ਕੀਤਾ ਉਹਨਾਂ ਪਸੰਦ ਨਹੀਂ ਆਈ ਵਾਪਸ ਆ ਗਈ ਡਿਸ਼ ਹੋਰ ਕਈ ਵਾਰ ਹੋਇਆ ਬਿਕੋਜ਼ ਕਸਟਮਰਸ ਤੋਂ ਪਹਿਲਾਂ ਸਾਡੇ ਸੀਨੀਅਰਸ ਟੇਸਟ ਕਰਦੇ ਹੈ ਐਗਜ਼ੀਕਿਊਟਿਵ ਸ਼ੈਫ ਹੁੰਦੇ ਹੈਗੇ ਉਹ ਟੇਸਟ ਕਰਦੇ ਹੈਗੇ ਅਗਰ ਉਹਨਾਂ ਨੂੰ ਟੇਸਟ ਨਹੀਂ ਲੱਗਾ ਉਹਨਾਂ ਨੇ ਉਸੇ ਵੇਲੇ ਕਹਿ ਦੇਣਾ ਕਿ ਇਟਸ ਨੋਟ ਰੈਡੀ ਦੁਬਾਰਾ ਬਣਾਓ ਅਸੀਂ ਉਸ ਵੇਲੇ ਫਟਾਫਟ ਫਿਰ ਦੁਬਾਰਾ ਬਣਾ ਕੇ ਉਹਦਾ ਰਿਚ ਫਲੇਵਰ ਹੋਰ ਕਰਕੇ ਕਸਟਮਰ ਨੂੰ ਦੇ ਦਈਏ ਹੈਗੇ ਅਤੇ ਔਖਾ ਨਹੀਂ ਹੁੰਦਾ ਕਿ ਇੱਕ ਡਿਸ਼ ਨੂੰ ਉਨੇ ਹੀ ਟਾਈਮ ਸਪੈਨ ਵਿੱਚ ਦੁਬਾਰਾ ਬਣਾਉਣਾ ਕਿਉਂਕਿ ਕਸਟਮਰ ਵੇਟ ਕਰ ਰਿਹਾ ਉਹਨੇ ਤਾਂ ਬੋਲਣਾ ਹੀ ਹੈ ਬਾਹਰ ਮੈਨੇਜਰ ਨੂੰ ਜਾਂ ਕਿਸੇ ਨੂੰ ਵੀ ਸਾਡਾ ਖਾਣਾ ਨਹੀਂ ਆਇਆ ਨੋਰਮਲੀ ਪ੍ਰੈਸ਼ਰ ਕਾਫੀ ਹੁੰਦਾ ਕਿਚਨ ਦੇ ਵਿੱਚ ਬਿਕੋਜ਼ ਜਿਹੜੇ ਸਾਡੇ ਰੈਸਟੋਰੈਂਟ ਮੈਨੇਜਰ ਹੁੰਦੇ ਹੈਗੇ ਉਹ ਫਟਾਫਟ ਆ ਕੇ ਬੋਲਦੇ ਕਿ ਇਟਸ ਆਲਰੇਡੀ ਲੇਟ ਅਤੇ ਫਟਾਫਟ ਕਰਨਾ ਪੈਂਦਾ ਹੈਗਾ ਨੋਰਮਲੀ ਅਸੀਂ 16 ਮਿੰਟ ਦਾ ਟਾਈਮ ਲਿਆ ਹੁੰਦਾ ਹੈਗਾ 10 ਮਿੰਟਸ ਦੇ ਵਿੱਚ ਅਸੀਂ ਡਿਸ਼ ਸਰਵ ਕਰਨੀ ਹੈ ਉਹਨਾਂ ਨੇ ਅਤੇ ਅਸੀਂ ਵਿਦਇਨ 8 ਮਿੰਟ ਅਸੀਂ ਪਿਕਅਪ ਕਾਊਂਟਰ 'ਤੇ ਰੱਖ ਦਈਦਾ ਹੈਗਾ ਕਿ ਪਿਕਅਪ ਹੋ ਚੁੱਕਿਆ ਹੈਗਾ ਅਗਰ ਉੱਥੇ ਕਸਟਮਰ ਨੂੰ ਟੇਸਟ ਨਹੀਂ ਆਇਆ ਤਾਂ ਡਿਸ਼ ਵਾਪਸ ਆ ਜਾਂਦੀ ਹੈ ਉਹਨਾਂ ਨੂੰ ਫਿਰ ਦੁਬਾਰਾ ਰਿਚ ਕਰਕੇ ਹੀ ਕਸਟਮਰ ਨੂੰ ਦੇ ਦਈਏ ਗਈ ਤਾਂ ਕਿ ਉਹਨੂੰ ਅੱਛੇ ਲੱਗੇ ਉਸ ਤੋਂ ਬਾਅਦ ਅਗਰ ਉਹਨੂੰ ਅੱਛੇ ਲੱਗੇ ਸਾਨੂੰ ਵੀ ਥੋੜ੍ਹੀ ਖੁਸ਼ੀ ਹੁੰਦੀ ਕਿ ਚਲੋ ਕੋਈ ਕੰਪਲੇਂਟ ਨਹੀਂ ਹੈਗੀ ਬਿਲਕੁਲ ਜਿੱਦਾਂ ਅਸੀਂ ਆਫ ਦੀ ਕੈਮਰਾ ਗੱਲ ਕਰ ਰਹੇ ਸੀ ਤੁਸੀਂ ਅਨੁਸ਼ਕਾ ਸ਼ਰਮਾ ਔਰ ਸ਼ਾਹਰੁਖ ਖਾਨ ਵੱਡੀ ਸਟਾਰਕਾਸਟ ਨਾਲ ਵੀ ਕੰਮ ਕੀਤਾ ਡਿਊਰਿੰਗ ਦੇਅਰ ਸ਼ੂਟਸ ਕਿਵਨ ਐਕਸਪੀਰੀਅੰਸ ਹੈਗਾ ਐਕਸਪੀਰੀਅੰਸ ਕਾਫੀ ਅੱਛਾ ਰਿਹਾ ਇਹਨਾਂ ਨਾਲ ਇਹਨਾਂ ਨੇ 2-3 ਕਬਾਬਸ ਬੋਲੇ ਸੀ ਜਦੋਂ ਉਹਨਾਂ ਲਈ ਬਣਾਏ ਸੀਗੇ ਲੋਟਸ ਟੈਮ ਦੇ ਕਬਾਬ ਐਜ਼ ਅ ਅਨੁਸ਼ਕਾ ਔਰ ਆਪਣਾ ਬੰਜਾਰਾ ਬੀਟਰੂਟ ਕਬਾਬ ਫੋਰ ਸ਼ਾਹਰੁਖ ਖਾਨ ਉਹਨਾਂ ਨੂੰ ਕਾਫੀ ਪਸੰਦ ਆਏ ਐਜ਼ ਅ ਉਹਨਾਂ ਦੀ ਜਿਹਦਾ ਟੇਸਟ ਉਹਨਾਂ ਨੇ ਕਿਹਾ ਸੀ ਉਹੀ ਪ੍ਰੋਵਾਈਡ ਕੀਤਾ
ਖੁਸ਼ੀ ਵੀ ਹੁੰਦੀ ਹੈ ਕਿ ਉਹਨਾਂ ਨੂੰ ਪ੍ਰੋਵਾਈਡ ਕਰਨ ਤੋਂ ਬਾਅਦ ਉਹਨਾਂ ਨੇ ਵੀ ਸ਼ਾਬਾਸ਼ੀ ਦਿੱਤੀ ਕਿ ਵੈਰੀ ਗੁੱਡ, ਉਸ ਵੇਲੇ ਜ਼ਿਆਦਾ ਸੈਟੀਸਫੈਕਸ਼ਨ ਹੁੰਦੀ ਹੈਗੀ। ਬਣਾਉਣ ਲੱਗੇ ਡਰ ਲੱਗਿਆ ਸੀ ਕਿ ਇੰਨੀ ਵੱਡੀ ਸਟਾਰ ਕਾਸਟ ਹੈ, ਨਾ ਪਸੰਦ ਆਇਆ ਖਾਣਾ ਫਿਰ ਗਾਣਾ ਪੈਣੀ ਹੈ, ਇੱਦਾਂ ਦਾ ਕੁਝ ਸੀ। ਬਿਲਕੁਲ ਬਿਲਕੁਲ, ਸੀਨੀਅਰਸ ਹਮੇਸ਼ਾ ਰੈਡੀ ਰਹਿੰਦੇ ਕਿ ਜੂਨੀਅਰਸ ਨੂੰ ਕਿਤੋਂ ਵੀ ਮਤਲਬ ਮੈਨੂਪੁਲੇਟ ਕਰਨਾ ਹੀ ਕਰਨਾ ਹੈਗਾ, ਲੇਕਿਨ ਫਿਰ ਵੀ ਉਹਦੇ ਵਿੱਚ ਜਿੰਨੀਆਂ ਦਿੱਕਤਾਂ ਦਾ ਸਾਹਮਣਾ ਕੇ ਤੁਸੀਂ ਕਰਦੇ ਰਹੋਗੇ ਓਨਾ ਹੀ ਸਕਸੈਸਫੁਲ ਬਣੋਗੇ। ਬਿਲਕੁਲ, ਤੁਸੀਂ ਤੁਹਾਡੀ ਫੇਵਰੇਟ ਜ਼ੋਨ ਕੀ ਹੈ ਜਦੋਂ ਬਣਾਉਣਾ ਹੁੰਦਾ, ਕੀ ਸਭ ਤੋਂ ਜ਼ਿਆਦਾ ਪਸੰਦ ਹੈ ਤੁਹਾਨੂੰ ਬਣਾਉਣਾ? ਮੈਨੂੰ ਬ੍ਰੈਡਸ, ਕਬਾਬਸ ਔਰ ਕਰੀਸ। ਓਕੇ, ਲਾਈਕ ਜਿੱਦਾਂ ਕਬਾਬਸ ਹੋ ਗਏ ਆਪਣੇ, ਔਰ ਉਸ ਤੋਂ ਬਾਅਦ ਬ੍ਰੈਡਸ ਦੇ ਵਿੱਚ ਆ ਗਏ ਜਿੱਦਾਂ ਕੁਲਚੇ ਵਗੈਰਾ ਆ ਗਏ, ਬ੍ਰੈਡਸ ਫਲੈਟ ਬ੍ਰੈਡਸ ਟੋਟਲੀ, ਔਰ ਉਸ ਤੋਂ ਬਾਅਦ ਫਿਰ ਰੁਮਾਲੀ ਰੋਟੀਜ਼ ਵਗੈਰਾ। ਜ਼ਿਆਦਾਤਰ ਖੁਸ਼ੀ ਹੁੰਦੀ ਰੁਮਾਲੀ ਰੋਟੀ ਦੇ ਵਿੱਚ, ਬਿਕੋਜ਼ ਕਾਫੀ ਇੰਟਰਸਟਿੰਗ ਵੀ ਔਰ ਫਨ ਵੀ ਹੋ ਜਾਂਦਾ ਉਹਦੇ ਵਿੱਚ। ਓਕੇ, ਅਤੇ ਜੇ ਚੂਜ਼ ਕਰਨਾ ਪਵੇ, ਜਿੱਦਾਂ ਤੁਸੀਂ ਦੱਸਿਆ ਸੀਗਾ ਕਿ ਤੁਸੀਂ ਹੁਣ ਟੀਚਿੰਗ ਵੀ ਦੇ ਰਹੇ ਹੋ, ਐਜੂਕੇਸ਼ਨ ਵੀ ਦੇ ਰਹੇ ਹੋ ਬੱਚਿਆਂ ਨੂੰ ਜਿਹੜੇ ਸਿੱਖਣਾ ਚਾਹੁੰਦੇ ਨੇ, ਤੁਹਾਨੂੰ ਜ਼ਿਆਦਾ ਪਸੰਦ ਕੀ ਹੈ, ਆਪ ਖਾਣਾ ਬਣਾਉਣਾ ਜਾਂ ਲੋਕਾਂ ਨੂੰ ਐਜੂਕੇਟ ਕਰਨਾ? ਨਹੀਂ, ਐਜੂਕੇਟ ਕਰਨਾ ਵੀ ਇਟਸ ਅ ਵੈਰੀ ਬਿਗ ਰਿਸਪੋਂਸੀਬਿਲਿਟੀ, ਔਰ ਜਦੋਂ ਅਸੀਂ ਬੱਚਿਆਂ ਨੂੰ ਸਿਖਾਈਦਾ ਹੈਗਾ, ਇੱਕ ਦਿਨ ਡੈਮੋਨਸਟ੍ਰੇਸ਼ਨ ਦੇਈਦੀ, ਫਿਰ ਨੈਕਸਟ ਡੇ ਬੱਚੇ ਖੁਦ ਬਣਾਉਂਦੇ ਹੈਗੇ ਆ, ਬਟ ਕੁਛ ਨਾ ਕੁਛ ਗਲਤੀਆਂ ਕਰਦੇ ਹੈਗੇ ਆ, ਲੇਕਿਨ ਫਿਰ ਉਹਨਾਂ ਨੂੰ ਦੱਸਦੇ ਹੈਗੇ, ਸਾਡੇ ਐਗਜ਼ੀਕਿਊਟਿਵ ਸ਼ੈਫ ਹੈਗੇ ਆ ਉਹ ਦੱਸਦੇ ਹੈਗੇ ਆ, ਅਤੇ ਬੱਚੇ ਫਿਰ ਅਗਲੇ ਜਿੰਨੀ ਪਰਫੈਕਸ਼ਨ ਲਿਆ ਸਕਦੇ ਆ ਵਿਦ ਇਨ 6 ਮੰਥਸ ਲਿਆਉਂਦੇ ਹੈਗੇ, ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਭੇਜ ਦੇਵਾਂਗੇ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਉੱਥੇ। ਓਕੇ, ਜਿੱਦਾਂ ਅਸੀਂ ਗੱਲ ਕਰੀਏ ਟੀ ਵੀ ਸ਼ੋਅਜ਼ ਦੀ, ਅਸੀਂ ਆਮ ਬੜੀ ਵਾਰ ਦੇਖਿਆ ਬਹੁਤ ਸੋਹਣੇ ਸੋਹਣੇ ਨਾ ਟੀ ਵੀ ਸ਼ੋਅਜ਼ ਵਿੱਚ ਕੁਕਿੰਗ ਦੇ ਜਦੋਂ ਸ਼ੋਅਜ਼ ਆਉਂਦੇ ਨੇ, ਤੁਹਾਨੂੰ ਲੱਗਦਾ ਕਿ ਕੁਕਿੰਗ ਦੇ ਸ਼ੋਅਜ਼ ਕਰਕੇ ਥੋੜ੍ਹਾ ਬੂਸਟ ਮਿਲਿਆ ਤੁਹਾਡੀ ਇੰਡਸਟਰੀ ਨੂੰ, ਜਾਂ ਇੱਕ ਸੌਖਾ ਰਸਤਾ ਹੋਇਆ ਅੱਗੇ ਜਾਣ ਲਈ ਸ਼ੈਫਸ ਲਈ? ਬਿਲਕੁਲ, ਬਿਕੋਜ਼ ਕਾਫੀ ਬੱਚੇ ਹੁਣ ਇੰਟਰਸਟ ਦੇ ਰਹੇ ਇਸ ਫੀਲਡ ਦੇ ਵਿੱਚ, ਅਤੇ ਹੁਣ ITs ਔਰ JTs ਕਾਫੀ ਬੱਚੇ ਆ ਰਹੇ ਇਸ ਇੰਡਸਟਰੀ ਦੇ ਵਿੱਚ, ਕਾਫੀ ਮਿਹਨਤ ਕਰ ਰਹੇ ਹੋ, ਨੀਅਰ ਅਬਾਊਟ ਲਾਈਕ 13-14 ਆਵਰਸ ਦੀ ਸ਼ਿਫਟਿੰਗਸ ਹੁੰਦੀਆਂ ਹੋਟਲ ਦੇ ਵਿੱਚ, ਕਾਫੀ ਬੱਚੇ ਸਰਵਾਈਵ ਕਰ ਰਹੇ ਹੈਗੇ, ਲੇਕਿਨ ਜੋ ਖਾਣਾ ਐਜ਼ ਅ ਟੀ ਵੀ ਤੁਸੀਂ ਦੇਖਦੇ ਕਿ ਉਹ ਕੰਪੀਟੀਸ਼ਨ ਜਾਂਦਾ ਹੁੰਦਾ, ਲੇਕਿਨ ਇੰਦਾ ਕਦੇ ਨਹੀਂ ਹੁੰਦਾ, ਉਹਦੇ ਲਈ ਕਾਫੀ ਮਿਹਨਤ ਕਰਨੀ ਪੈਂਦੀ, ਸਟੱਡੀ ਕਰਨੀ ਪੈਂਦੀ, ਫਿਰ ਜਾ ਕੇ ਉਹ ਟੀ ਵੀ 'ਚ ਜਿੱਦਾਂ ਰਿਕਾਰਡਿੰਗਸ ਹੁੰਦੀਆਂ, ਫਿਰ ਜਾ ਕੇ ਉਹ ਅੱਗੇ ਤੁਹਾਨੂੰ ਦਿਖਾਉਂਦੇ ਹੈਗੇ। ਕਈ ਰੀਟੇਕਸ ਹੁੰਦੇ ਹੈਗੇ, ਇਹ ਨਹੀਂ ਕਿ ਫਸਟ ਟਾਈਮ ਉਹਨਾਂ ਨੇ ਡਨ ਕਰ ਲਿਆ, ਕਈ ਐਕਸੀਡੈਂਟਸ ਹੋ ਜਾਂਦੇ ਆ ਕਿਚਨ ਦੇ ਵਿੱਚ, ਕੋਈ ਖਾਣਾ ਗਿਰ ਗਿਆ ਅਤੇ ਫਟਾਫਟ ਫਿਰ ਉਹ ਐਕਸੀਡੈਂਟ ਨੂੰ ਰਿਕਵਰ ਕਰਨ ਲਈ ਦੁਬਾਰਾ ਰੀਟੇਕਸ ਲੈਂਦੇ ਹੈਗੇ। ਸਾਰੇ ਹੋਟਲ ਦੇ ਵਿੱਚ ਅਲੱਗ ਅਲੱਗ ਪਲੈਟਰ ਹੁੰਦੇ ਲਾਈਕ ਚਿਕਨ ਟਿੱਕਾ, ਵੈਜ ਪਲੈਟਰ, ਨੋਨ ਵੈਜ ਪਲੈਟਰ, ਇਹਨਾਂ ਸਾਰਿਆਂ ਦੀ ਪਲੇਟਿੰਗ ਅਲੱਗ ਅਲੱਗ ਹੁੰਦੇ ਹੈ, ਅਤੇ ਕਿਸੇ ਦੇ ਸਪਾਇਰਲ ਗਾਰਨਿਸ਼ਿਸ ਕਰਨੇ, ਕਿਸੇ 'ਤੇ ਫਲਾਵਰ ਗਾਰਨਿਸ਼ਿਸ ਕਰਨੇ, ਲੇਕਿਨ ਅੱਜ ਕੱਲ੍ਹ ਹੁਣ ਟ੍ਰੈਂਡ ਥੋੜ੍ਹਾ ਜਿਹਾ ਫਾਰਵਰਡ ਹੋ ਗਿਆ ਹੈਗਾ, ਬਿਕੋਜ਼ ਵੈਜੀਟੇਬਲਸ ਹੁਣ ਲਗਾਉਂਦੇ ਨੇ, ਸੋਸਿਸ ਅਪਲਾਈ ਕਰ ਲੈਂਦੇ ਹੈਗੇ ਪਲੇਟਸ ਦੇ ਵਿੱਚ ਤਾਂ ਕਿ ਅੱਛਾ ਲੱਗੇ ਕਸਟਮਰ ਨੂੰ। ਜੀ, ਤੁਹਾਨੂੰ ਕੀ ਜ਼ਿਆਦਾ ਪਸੰਦ ਹੈ, ਮਤਲਬ ਗਾਰਨਿਸ਼ਿੰਗ ਦੀ ਜੇ ਅਸੀਂ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੀ ਗਾਰਨਿਸ਼ਿੰਗ ਤੁਹਾਨੂੰ ਕਰਨੀ ਜ਼ਿਆਦਾ ਪਸੰਦ ਹੈ? ਗਾਰਨਿਸ਼ਿਸ ਮੈਨੂੰ ਫਲਾਵਰਸ, ਸਪਾਇਰਲਸ ਔਰ ਵਾਟਰਮੈਲਨ ਗਾਰਨਿਸ਼ਿਸ, ਇਹ ਸਭ ਕਾਫੀ ਪਸੰਦ ਹੈ। ਜੀ, ਅਤੇ ਜੇ ਅਸੀਂ ਗੱਲ ਕਰੀਏ ਜਿਹੜਾ ਅੱਜ ਕੱਲ੍ਹ ਦਾ ਸਾਡਾ ਯੂਥ ਹੈ, ਮੈਨੂੰ ਨਹੀਂ ਪਤਾ ਕਿ ਐਜ਼ ਅ ਮੇਲ ਉਹ ਐਜ਼ ਅ ਸ਼ੈਫ ਬਣਨਾ ਚਾਹੁੰਦੇ ਕਿ ਨਹੀਂ, ਪਰ ਤੁਸੀਂ ਕੀ ਉਹਨਾਂ ਨੂੰ ਸੁਜੈਸਟ ਕਰੋਗੇ ਕਿ ਇਹਦੇ ਵਿੱਚ ਅੱਗੇ ਸਕੋਪ ਹੈ ਜਾਂ ਨਹੀਂ ਹੈ? ਸਕੋਪ ਕਾਫੀ ਅੱਛਾ ਹੈ, ਬਿਕੋਜ਼ ਕਈ ਬੱਚੇ ਇੱਥੋਂ ਸਟੱਡੀ ਕਰਕੇ ਐਜ਼ ਅ ਅਬਰੋਡ ਚਲੇ ਜਾਂਦੇ ਆ, ਉੱਥੇ ਕਾਫੀ ਸਟਰਗਲ ਲਾਈਫ ਹੈਗੀ ਹੈ ਐਜ਼ ਅ ਅਬਰੋਡ ਦੇ ਵਿੱਚ, ਅਤੇ ਉੱਥੇ ਕਾਫੀ ਸਕਸੈਸਫੁਲ ਵੀ ਰਹੇ ਹੈਗੇ ਬੱਚੇ, ਅਤੇ ਹੁਣ ਵੀ ਅੱਜ ਕੱਲ੍ਹ ਜਿਹੜਾ ਟ੍ਰੈਂਡ ਹੈ ਉਹ ਬੱਚੇ ਬਾਹਰ ਹੀ ਜਾ ਰਹੇ ਇਹ ਸਾਰੇ ਕੋਰਸਿਸ ਕਰਕੇ, 6 ਮੰਥਸ ਆਪਣੇ ਹੋਟਲਸ ਦੇ ਵਿੱਚ ਰਹਿੰਦੇ ਗਏ, ਉਸ ਤੋਂ ਬਾਅਦ ਸਰਟੀਫਿਕੇਟਸ ਲੈ ਕੇ ਉਹ ਬਾਹਰ ਅਪਲਾਈ ਕਰ ਲੈਂਦੇ, ਈਜ਼ੀਲੀ ਉਹਨਾਂ ਨੂੰ ਹੋ ਜਾਂਦਾ ਹੈਗਾ ਬਾਹਰ। ਓਕੇ, ਅਤੇ ਜੇ ਗੱਲ ਕਰੀਏ ਤੁਹਾਡੇ ਫਿਊਚਰ ਪਲਾਨਸ ਦੀ, ਹੁਣ ਫਿਲਹਾਲ ਤਾਂ ਤੁਸੀਂ ਬੱਚਿਆਂ ਨੂੰ ਪੜ੍ਹਾ ਰਹੇ ਹੋ, ਅੱਗੇ ਕੀ ਕਰਨ ਦਾ ਸੋਚਿਆ? ਮੈਂ ਐਕਚੁਅਲੀ ਸੋਚਿਆ ਇਹ ਹੈ ਕਿ ਹਲੇ ਬਾਹਰ ਜਾ ਕੇ ਇੱਕ ਵਾਰ ਥੋੜ੍ਹਾ ਬਾਹਰ ਦਾ ਐਕਸਪੀਰੀਅੰਸ ਲੈਣਾ ਕਾਫੀ ਜ਼ਰੂਰੀ ਹੈ, ਬਿਕੋਜ਼ ਇਹ ਇੰਡਸਟਰੀ ਜਾਂਦਾ ਕਿ ਤੁਸੀਂ ਇੱਕ ਜਗ੍ਹਾ ਨਹੀਂ ਰੁਕ ਸਕਦੇ, ਹਰ 20 ਕਿਲੋਮੀਟਰ ਦੇ ਖਾਣਾ ਚੇਂਜ ਹੋ ਜਾਂਦਾ ਹੈਗਾ, ਅਤੇ ਸਾਨੂੰ ਉਹ ਟੇਸਟ ਕਰਨਾ ਹੀ ਪੈਣਾ ਹੈਗਾ। ਅਗਰ ਅਸੀਂ ਦਿੱਲੀ ਸਾਈਡ ਚਲੇ ਜਾਈਏ, ਉੱਥੇ ਮੁਗਲਸ ਦਾ ਖਾਣਾ ਹੈਗਾ ਕਾਫੀ ਮਸ਼ਹੂਰ ਹੈ, ਕਬਾਬਸ ਕਾਫੀ ਮਸ਼ਹੂਰ ਹੈ, ਅਗਰ ਅਸੀਂ ਗੁਜਰਾਤ ਚਲੇ ਜਾਈਏ ਉੱਥੇ ਦਾ ਖਾਣਾ ਕਾਫੀ ਮਸ਼ਹੂਰ ਹੈ, ਇਸ ਤਰ੍ਹਾਂ ਹਰ ਸਟੇਟ ਦਾ ਅਲੱਗ ਅਲੱਗ ਟੇਸਟ ਹੈ। ਅਸੀਂ ਇੰਡੀਆ ਤੋਂ ਹੀ ਸਟਾਰਟ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਬਾਹਰ ਜਾਣ ਦੀ ਸੋਚਾਂਗੇ। ਜੀ ਬਿਲਕੁਲ, ਸ਼ੈਫ ਆਸ਼ੀਸ਼, ਤੁਸੀਂ ਸਾਡੇ ਸ਼ੋਅ ਵਿੱਚ ਆਏ, ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਮੈਂ ਥੈਂਕਸ ਆ ਪੰਜਾਬ ਪਲੱਸ ਟੀਵੀ ਦਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਇੱਥੇ ਮੰਚ 'ਤੇ ਆਉਣ ਲਈ, ਅਤੇ ਮਾਨਕ ਗਰੋਵਰ ਜੀ ਦਾ ਜਿਨ੍ਹਾਂ ਨੇ ਮੈਨੂੰ ਇਨਵਾਈਟ ਕੀਤਾ ਐਜ਼ ਅ ਸ਼ੈਫ ਉੱਥੇ ਇੰਟਰਵਿਊ ਲਈ। ਥੈਂਕ ਯੂ ਸੋ ਮਚ।